ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜਤਿੰਦਰ ਵੀਰ ਕੋਲ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਝਾਂ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚੋਂ ਕੁਝ ਸੂਈਆਂ ਅਤੇ ਕੁਝ ਗੱਭਰਾਂ ਤੁਹਾਨੂੰ ਦਿਖਾਉਣੀਆਂ, ਅਤੇ ਇੱਕ ਗਾਂ ਵੀ ਤੁਹਾਨੂੰ ਦਿਖਾਵਾਂਗੇ। 3 ਸੂਈਆਂ ਅਤੇ 2 ਗੱਭਰਾਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਜੀ, ਵਧੀਆ, ਤੁਸੀਂ ਸੁਣਾਓ? ਸਭ ਵਧੀਆ ਜੀ। ਅਤੇ ਨਾਮ ਦੱਸ ਦਿਓ ਕਰੀ ਆਪਣਾ। ਜਤਿੰਦਰ ਸਿੰਘ, ਪਿੰਡ ਚੱਠਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਅਤੇ ਫੋਨ ਨੰਬਰ ਬੋਲ ਦਿਓ ਕਰੀ। 90-68-27-57। ਠੀਕ ਹੈ, ਅੱਜ ਮੀਨੀ ਵੀ ਲੱਭ ਲਿਆਂਦੀ ਜੀ ਇੱਕ। ਫਿਰ ਬਹੁਤ ਚੰਗੀ ਵੀਰ ਜੀ, ਦੋਵੇਂ ਸਿੰਘ ਝੋਟੀ ਦੇ ਹਲਦੇ, ਦੂਜਾ ਸੂਆ ਝੋਟੀ ਦਾ। ਅਤੇ ਥੱਲਿਓਂ ਵੀ ਬੜੀ ਕਮਾਲ ਦੀ ਤਿਆਰ ਹੋਈ ਆ। ਕਿੰਨਵਾਂ ਸੂਆ ਸੋਨਾ ਵੀਰ ਜੀ ਇਹਨੇ? ਦੂਜੇ ਸੂਆ ਝੋਟੀ ਦਾ ਸੂਆ ਆ। ਦੂਸਰਾ ਸੂਆ ਸੋਨਾ ਆ, ਇੱਧਰ ਦੇਖੋ। ਹਾਂ, ਦੇਖ ਸਕਦੇ ਜੀ, ਉਧਰਲਾ ਵੀ ਲਾ ਕੇ ਦਿਖਾ ਦਿਓ ਜੀ ਕਰੀ। ਠੀਕ ਹੈ, ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ? ਦੁੱਧ ਵੀਰ ਜੀ ਨੇ ਪਹਿਲਾਂ ਝੋਟੀ ਨੇ ਨਾ, ਝੋਟੀ ਉਧਰੋਂ ਆਈ ਆ। ਹਾਂਜੀ, ਏਸੀ ਨਹੀਂ ਝੋਟੀ, ਝੋਟੀ ਨੇ ਪਹਿਲਾਂ ਨੇ 13 ਲੀਟਰ ਦੁੱਧ ਚਵਾਇਆ। ਅੱਛਾ, ਦੁੱਧ ਝੋਟੀ 14-15 ਕਿਲੋ ਚਵਾਊਗੀ, ਬਾਕੀ ਜਿਹੜਾ ਵੀ ਸਮਝਣ ਵਾਲਾ ਨੂੰ ਉਦਾਂ ਹੀ ਪਤਾ ਲੈਣਾ। ਵੇਖੋ ਥਾਲੇ ਵਾ ਝੋਟੀ, ਲਿਆ ਖੋਲੋ, ਤੋੜ ਕੇ ਦਿਖਾ ਦਈਏ ਹਰੇਕ ਪਿੱਛੇ ਕੈਮਰਾ। ਬਾਕੀ ਸੋਹਣੀ ਝੋਟੀ ਆ ਜਿਹੜੀ ਪੂਰੀ, ਸਿੰਘ ਵੀ ਜਿਹੜੇ ਇਹਦੇ ਦੋਵੇਂ ਹਲਦੇ ਵੀਰ ਜੀ, ਇੱਧਰ ਨੂੰ ਕੰਧ ਦੇ ਨਾਲ ਨਾਲ ਤੋਲ ਪਿਆ। ਹਾਂ, ਦੇਖ ਸਕਦੇ ਜੀ, ਕਮਾਲ ਦੀ ਤਿਆਰ ਹੋਈ ਆ ਥੱਲਿਓਂ, ਤੇ ਹਲੇ ਤਿਆਰ ਜਿਹੜੀ ਹੁੰਦੀ ਆ ਜੇ, ਇਹਨੇ ਭਰਨਾ ਵਾ ਜੇ ਹੋਰ ਜੇ ਪੁੜੇ, ਤੇ ਦੇਖ ਸਕਦੇ ਉੱਪਰ ਉਸ ਤਰ੍ਹਾਂ ਹੀ। ਬਾਕੀ ਥਣਾ ਦੀ ਪਿੱਛੇ ਅਜੇ 4-5 ਦਿਨ ਇਹਨੇ ਲੈ ਜਾਣੇ, ਤੇ ਉਸ ਤਰ੍ਹਾਂ ਵੀ ਸਾਂਭੀ ਸੁੰਭੀ ਵੀ ਚੰਗੀ ਆ, ਪੂਰੀ ਸਫਾਈ 'ਚ ਆ ਥੱਲਿਓਂ, ਜਿੰਨੀ ਵੀ ਹੈਗੀ ਝੋਟੀ, ਸੋਹਣੀ ਆ ਜਿਹੜੀ। ਹਾਂ, ਦੇਖ ਸਕਦੇ ਜੇ, ਪਿੱਛੇ ਤੋਂ ਸ਼ੁਰੂ ਹੋ ਗਏ ਹਵਾਨਾ ਗਾਂ ਤੱਕ ਜਿਹੜਾ ਜਿਹੜਾ ਜਾਣਦਿਆ ਵਾ। ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ? ਆਪਾਂ ਮੁੱਲ ਤਾਂ ਜਿੱਦਾਂ ਦੀ ਝੋਟੀ ਹੈ ਵੀਰ ਜੀ, ਭਾਵੇਂ ਮੁੱਲ ਇਹਦਾ 1 ਲੱਖ ਰੁਪਈਆ ਕਰ ਲਈਏ। ਹਾਂਜੀ, ਮੁੱਲ ਇਹਦਾ 80,000। 80,000? ਹਾਂਜੀ, ਕਿੰਨਾ ਕਰੋਗੇ ਮਾਨਤਨ ਵਿੱਚ? ਕਿੰਨਾ ਤੁਸੀਂ ਕਰ ਦੋਗੇ? ਕਰ ਦੋਗੇ 5,000 ਹੀ ਕਰ ਦਾਂਗੇ, ਹੋਰ ਦੋ ਕਰ ਦਾਂਗੇ, 73,000 ਦੀ ਝੋਟੀ। 73,000 ਦੀ ਦੇ ਦੋਗੇ, ਮੌਕੇ ਤੇ ਹੋਰ ਕਰ ਦੋਗੇ? ਕੋਈ ਨਹੀਂ ਵੀਰ ਕੋ, ਫੋਨ ਲਾ ਕੇ ਕਰ ਦਾਂਗੇ। ਵੇਖੋ ਝੋਟੀ ਪਿੱਛੋਂ ਦੇ ਦਿਓ ਝੋਟੀ ਅੱਜ, ਫਿਰ ਝੋਟੀ ਮੈਂ ਵੀਰ ਜੀ ਜਿਹੜਾ ਫੋਨ ਲਾਉ ਛੱਡੂਗਾ, ਇਹ ਕਿਹ ਸ਼ਕੀਨ ਵੀਰ ਨੇ ਖੜਨੀ ਆ ਜਿਹੜੀ ਝੋਟੀ। ਕਿੰਨਾ ਦੀ ਹੈ? ਠੀਕ ਹੈ ਜੀ, ਤੇ ਹੁਣ ਆਪਣੇ ਕੋਲ ਦੂਸਰੇ ਨੰਬਰ ਤੇ ਆ। ਹਾਂਜੀ, ਇਹ ਵੀ ਝੋਟੀ ਟੁੱਕੀ ਏ, ਇਹ ਵੀ ਚੰਗੀ ਸਾਂਭੀ ਸੁੰਭੀ ਆ ਜਿਹੜੀ। ਰਾਸ ਹੋ ਗਿਆ ਸਵੇਰੇ ਸਵੇਰੇ ਤਿਆਰ ਆ, 15 ਕਿਲੋ ਦੁੱਧ ਵਾਲੀ ਆ। ਲਿਆ ਖੋਲੋ, ਹਾਂ ਤੋਰਦੀ ਇਹਨਾਂ। ਹਾਂ, ਦੇਖ ਸਕਦੇ ਜੀ, ਕੋਈ ਨਹੀਂ ਲੈ ਜਾਓ ਕਰੀ, ਫਿਰ ਵਿਖਾਉਂਦੇ ਇਹਦਾ ਮੂੰਹ ਵੀ ਆਪਾਂ। ਹਾਂ, ਦੇਖ ਸਕਦੇ ਚੰਗੀ ਜੰਮੀ ਪਲੀ ਹੈ, ਵੀ ਨਿੱਗਰ ਸਰੀਰ ਦੀ ਆ, ਕਰੀ ਲੈ ਜਾਓ, ਥੋੜ੍ਹੀ ਲੰਮੀ ਤੋਰ ਦਿਓ, ਚੰਗੀ ਤਿਆਰ ਹੁੰਦੀ ਥੱਲੇ। ਲਿਆਓ, ਚਿਹਰਾ ਦਿਖਾਈ ਇਹਦਾ ਇੱਕ ਵਾਰੀ। ਹਾਂ, ਦੇਖ ਸਕਦੇ ਸਿੰਘਾਂ ਤੋਂ ਵੀ ਸੋਹਣੀ ਆ। ਇਹਦਾ ਕਿੰਨਵਾਂ ਸੂਬਾ ਵੀਰ ਜੀ? ਤੀਸਰਾ ਸੂਬਾ ਜਿਹੜਾ ਇਹਨੇ ਸੋਹਣਾ। ਠੀਕ ਆ ਜੀ, ਲੈ ਜਾਓ ਜੀ। ਬਾਕੀ ਕੱਦ ਕਾਠ ਪੱਖੋਂ ਥੱਲੇ ਇਹ ਵੀ ਜਿਹੜੀ ਸਫਾਈ 'ਚ, ਸਾਰੀਆਂ ਚੀਜ਼ਾਂ ਪੱਖੋਂ ਚੰਗੀ ਹੈ। ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਜਿਹੜਾ ਠੀਕ ਹੈ। ਹਾਂ, ਦੇਖ ਸਕਦੇ ਜੀ। ਤੇ ਵੀਰ ਜੀ ਇਹਦਾ ਆਪਾਂ ਕੀ ਰੱਖ ਦਈਏ ਮੁੱਲ? ਇਹ ਜੀ ਦੋਵੇਂ ਝੋਟੀਆਂ ਗੱਭਣਾ, ਦੋਵਾਂ ਦੇ ਪਹਿਲਾਂ ਦੀ ਗੱਲ ਹੈ, ਥਣਾਂ ਦੀ ਅਤੇ ਪਿੱਛੇ ਦੀ ਸਾਡੀ ਗਰੰਟੀ ਆ। ਅੱਛਾ, ਹਾਂਜੀ, ਬਾਕੀ ਦੁੱਧ ਅਗਲੇ ਦੀ ਆਪਣੀ ਸੇਵਾ, ਅਗਲੇ ਸੇਵਾ। ਬਾਕੀ ਦੁੱਧ ਵਾਲੀਆਂ ਵੀ ਆ, ਜਿਹੜਾ ਵੀ ਪਤਾ ਜਾਣਕਾਰੀ ਉਹਨੇ ਤਾਂ ਉੱਦਾਂ ਸਮਝ ਲੈਣਾ, ਦੁੱਧ ਵਾਲੀਆਂ ਵੀ। ਹਾਂਜੀ ਹਾਂਜੀ,
ਤੇ ਇਹ ਕਿੰਨੇ ਦੀ ਦੇ ਦਈਏ ਆਪਾਂ ਫਿਰ? ਇਹਦਾ ਮੁੱਲ ਤੇ 90,000 ਕਰੀਦਾ ਏ। ਅੱਛਾ ਹਾਂਜੀ ਜੀ, ਅੱਜ ਹੀ ਦੱਸੀਏ ਕੋਈ, ਤੁਸੀਂ ਦੱਸੋ ਜਿੰਨੇ ਕਹੋਗੇ ਦੇ ਦਾਂਗੇ। ਵੇਚਣ ਵਾਲੀ ਗੱਲ ਨਹੀਂ ਕਰਨ ਦੇ ਤੁਸੀਂ ਫਿਰ, ਝੋਟੀ ਚੰਗੀ ਜੇ ਕਰੋ। ਕਿੰਨੇ ਮਕਾਈਏ, ਕਿੰਨੇ ਦੀ? 80,000 ਦੀ ਦੇ ਦਾਂਗੇ। 80,000 ਦੀ? ਹਾਂਜੀ। ਮੌਕੇ ਤੇ ਹੋਰ ਕਰ ਦੋਗੇ? ਕਰ ਦਾਂਗੇ ਜਿੰਨਾ ਤੁਸੀਂ ਕਹੋ। ਕਰ ਦੋਗੇ 5 ਹੀ ਕਰ ਦੋਗੇ? ਔਰ ਇਹਦਾ ਇਹ ਵੀ 73 ਦੀ ਦੇ ਦਾਂਗੇ। ਅੱਛਾ ਬਰਾਬਰ ਹੀ। ਹਾਂਜੀ, ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆਹ ਲੈ ਜੇ, ਤੇ ਜੇ ਕੋਈ ਜੋੜਾ ਹੀ ਲੈ ਜੇ ਤੇ ਕੋਈ ਨਹੀਂ, ਫਿਰ ਵੱਧ ਮਾਨ, ਫਿਰ ਮਾਨ ਤਨ ਵੱਧ ਕਰ ਦੋਗੇ। ਠੀਕ ਆ, ਹੁਣ ਥੋੜੇ ਹੌਲੇ ਭਾਅ ਵੀ ਦਿਖਾਈਏ ਫਿਰ। ਹਾਂਜੀ ਹਾਂਜੀ, ਉੱਡਣਾ ਫੜ ਤੇ ਆ ਸੂਈ ਆ ਮੱਝ ਜਿਹੜੀ, ਹੈ ਨਾ? ਸੂਈ ਵੀ ਦੀ ਨੀਲੀ ਦੀ, ਮੈਂ ਤੀਜਾ ਸੂਆ ਆ ਜੇ, ਤੀਸਰਾ ਸੂਆ ਆ। ਇੱਕ ਹਫਤਾ ਹੋ ਗਿਆ ਸੂਈ ਨੂੰ, ਮਗਰ ਇਹਦੇ ਕੱਟੀ ਜੇ। ਅੱਛਾ ਹਾਂਜੀ, ਇਹਦੇ ਕੋਲ ਕਿੰਨਾ ਹੈ ਦੁੱਧ? ਦੁੱਧ ਵੀਰ ਜੀ ਦੇ ਕੋਲ 10 ਕਿਲੋ 24 ਇਸ ਨੰਬਰ ਦੀ, ਪਹਿਲਾਂ ਮਹੀਂ ਖੋਲ ਕੇ ਖੋਨੇ ਦੀ 24 ਹੁੰਦੀ ਮਹੀਂ ਦੀ। ਜਾਂ ਫਿਰ ਖੋਲੋ ਹਾਂ ਤੋਰ ਦੀ। ਦੇਖੋ ਥਲਿਓ ਮੈਂ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਤਿਆਰ? ਦੁੱਧ ਵੀਰ ਜੀ 9-10 ਲੀਟਰ ਦੀ ਥਲਿਓ ਹੋਣਾ, 9 ਲੀਟਰ ਕੋਲ ਆਏ ਦੁੱਧ ਵੱਧ ਆ, ਬਾਕੀ ਚਵਾਈ ਕਰਕੇ ਹੋਣੇ ਕਿਤੇ ਚਵਾਈ ਲੱਗੂ 1 ਨੰਬਰ ਦੀ, ਮੈਂ ਦੁੱਧ 12-13 ਕਿਲੋ ਚਵਾਜੂਗੀ। ਹਵਾ ਨੇਰੀ ਤੱਕ ਥੋੜੀ ਗਾਂ ਨੂੰ ਰੱਖਦੀ ਆ ਜਿੰਨਾ ਸਾਰਾ ਚੰਗਾ ਵੱਡੀ ਪਈ ਆ। ਉਸ ਤਰ੍ਹਾਂ ਜਿਹੜਾ ਕੱਦ ਕਾਠ ਇਹਦਾ ਠੀਕ ਆ। ਇਹਦਾ ਚਵਾ ਜਿਹੜਾ ਕਹਿੰਦੇ ਕਿ ਦਿਖਾਉਣਾ ਵਾ ਆਪਾਂ, ਤੇ ਇਹਦੇ ਵਿੱਚ ਪਸਮ ਦੇ ਆਉਣਾ ਜਦ ਦੂਸਰੀ ਮੈਂ ਦਿਖਾ ਦਈਏ ਆਪਾਂ, ਫਿਰ ਝੋੜੀ ਹੋਲ ਫਿਰ ਹੀ ਉਹਦਾ ਮੁੱਲ ਦੱਸਾਂਗੇ ਆਪਾਂ। ਵੇਖੋ ਵੀਰ ਜੀ ਝੋੜੀ, ਇਹਦਾ ਸੂਆ ਕਿਨਵਾ ਜੇ ਵੀਰ ਜੀ? ਝੋੜੀ ਸੂਈ ਵੇਖੋ ਥਾਂ ਲੈਓ ਝੋੜੀ ਦਾ। ਪਹਿਲਾ ਸੂਆ ਜਿਹੜਾ ਇਹ ਸੂਈ ਆ, ਕਿੰਨੇ ਦਿਨ ਹੋ ਗਏ ਨੇ ਸੂਈ ਨੂੰ? ਸੂਈ ਨੂੰ 8-7 ਦਿਨ ਹੋ ਗਏ ਮਗਰ ਕੱਟਾ ਜੀ, ਇਹਦੇ ਮਗਰ ਕੱਟਾ ਆ ਜਿਹੜਾ। ਵੇਖੋ ਥਾਂ ਲੈ ਕਿਦਾਂ ਝੋੜੀ ਨੂੰ ਦਾ ਸੂਆ ਜਿਹੜਾ ਇਹ। ਇਹਦਾ ਵੀ ਵੀਰ ਜੀ ਦਿਖਾਉਣਾ ਚਵਾ? ਤੇ ਇਹਦੇ ਕੋਲੋਂ ਕਿੰਨਾ ਦੁੱਧ ਮੌਕੇ ਤੇ ਤਿਆਰ ਹੈ? 8 ਕਿਲੋ ਵੀਰ ਜੀ ਚਵਾ ਕੇ ਦਵਾਂਗਾ, 8 ਤੋਂ ਬਾਹਰ ਹੋਏਗਾ ਦੁੱਧ। ਤੇ ਇਹ ਕਿੰਨਾ ਚਵਾਈ ਜਾਊਗੀ? ਦੁੱਧ ਵੀਰ ਜੀ 11-12 ਕਿਲੋ ਝੋਟੀ ਚਵਾਊਗੀ, ਵੱਡੀ ਝੋਟੀ ਆ। ਤੇ ਇਹਦਾ ਮੁੱਲ ਲੋ ਬਲ ਕੋ ਸਮਾਵ ਖਾ ਦੀ ਫਿਰ ਮੁੱਲ ਹੀ ਦੱਸ ਦੇਣੇ। ਠੀਕ ਆ ਜੀ, ਪਹਿਲਾਂ ਤੁਹਾਨੂੰ ਜਿਹੜਾ ਵਾ ਆ ਨੀਲੀ ਦੀ ਮੱਝ ਸੀ ਜਿਹੜਾ ਇਹਦਾ ਦਿਖਾ ਦਈਏ, ਫਿਰ ਤੁਹਾਨੂੰ ਉਹਦਾ ਵੀ ਚਵਾ ਦਿਖਾ ਦਿੰਦੇ ਹਾਂ, ਬੱਚਾ ਲੱਗਾ ਜਿਹੜਾ ਇਹਦੇ ਥੱਲੇ। ਹਾਂ ਜਿਹੜੀ ਪਸੰਦੀ ਆ ਪੂਰੀ, ਉਹਨਾਂ ਚਿਰ ਵੀਰ ਜੀ ਉਹਦੇ ਥੱਲੇ ਛੱਡ ਦੋ ਬੱਚਾ, ਉਹ ਵੀ ਫਸਮ ਜੂਗੀ। ਦੇਖ ਸਕਦੇ ਜੀ ਮੋਟਰ ਹੀ ਲੱਗੀ ਆ ਚਵਾ, ਇਹਦਾ ਇੱਕ ਵਾਰੀ ਤੁਹਾਨੂੰ ਚੈੱਕ ਕਰਾ ਦਈਏ ਚੰਗੀ ਤਰ੍ਹਾਂ। ਇਹਦੇ ਕੋਲ ਵੀਰ ਜੀ ਕਿੰਨਾ ਦੁੱਧ ਦੱਸਿਆ ਜੀ? ਦੁੱਧ ਵੀਰ ਜੀ 9 ਕਿਲੋ ਹੋਣਾ ਜੀ। ਠੀਕ ਹੈ ਜੀ, ਪਿਛਲੇ ਖਾਣਾ ਦਾ ਦਿਖਾ ਦੇ ਕਰੀ ਚਵਾ। ਨਿਆਣਾ ਚੋਲੇ ਭਾਵੇਂ ਕੋਈ ਸਿਆਣਾ ਚੋਲੇ, ਵੀਰ ਜੀ ਇਹਨੂੰ ਨਹੀਂ ਜਾ ਕੇ ਵੀ ਸਿੱਖ ਲੂਗਾ ਮੈਂ ਜੇ। ਠੀਕ ਹੈ ਜੀ, ਯੋ
ਬਾਕੀ ਰਮਾਨ ਨਾਲ ਖਲੋਤੀ ਆ ਜਿਹੜੀ, ਕੋਈ ਗੱਲ ਨਹੀਂ ਆ। ਧਾਰ ਵੀ ਜਿਹੜੀ ਵਿੱਚ ਲੈਂਦੀ, ਧਾਰ ਵੀ ਕਰੀ ਦੇ ਦੇ ਵਧੀਆ ਨੂੰ, ਬਾਕੀ ਧਾਰ 'ਤੇ ਵੀ ਆ, ਬਾਕੀ ਜਿੰਨਾ ਵੀ ਆ ਦੁੱਧ ਹੀ ਆ, ਝੱਗ ਨਹੀਂ ਜਿਹੜੀ, ਮਾਸਾ ਵੀ ਨਹੀਂ ਝੱਗ ਜਿਹੜੀ ਹੈਗੀ ਆਪਾਂ ਦੇਖ ਸਕਦੇ। ਠੀਕ ਹੈ ਜੀ, ਹਾਂ ਦੇਖ ਸਕਦੇ ਸਾਰਾ ਜਿੰਨਾ ਵੀ ਆ ਦੁੱਧ ਹੀ ਆ ਜਿਹੜਾ। ਕੋਈ ਝੱਗ ਨੀ ਹੈਗੀ ਜਿਹੜੀ, ਸਿਰਫ ਦੁੱਧ ਹੀ ਆ। 4 ਕਿਲੋ ਦੀ ਦੁੱਧ ਹੋਊਗਾ ਲੀਟਰ ਮਰਵਾ ਦੇਣੇ। ਠੀਕ ਆ, ਆ ਬੱਚਾ ਪਸਮ ਕੀ ਜੀ ਵਿਧੀਆ ਵੀ ਚਵਾਈ ਦਿਖਾਉਣਾ ਆਪਾਂ ਕਿਹੜੀ ਮਿਹਨਤੀ ਕਰਾਉਣੀ। ਬਾਕੀ ਅਜੇ ਚਵਾਈ ਦਾ ਟਾਈਮ ਜਿਹੜਾ ਹੋਇਆ ਨਹੀਂ ਆ, ਜੇ ਚਵਾਈ ਦਾ ਟਾਈਮ ਅਜੇ ਹੋਣਾ ਵਾ। ਪਹਿਲਾਂ ਵੀ ਇੱਦਾਂ ਨੇ ਕਹਿੰਦੇ ਕਿ ਚਲੋ ਚਵਾ ਦਿਖਾ ਦਿੰਦੇ ਹਾਂ ਇੱਕ ਵਾਰੀ। ਮੁੱਲ ਤੁਹਾਨੂੰ ਦੋਵਾਂ ਮੱਝਾਂ ਦੇ ਹੁਣੇ ਇਕੱਠੀ ਦੱਸਦੇ, ਚਵਾ ਜਿਹੜਾ ਇਹਦਾ ਵੀ ਪੂਰਾ ਵਧੀਆ ਲੱਗਾ ਵਾ। ਬਾਕੀ ਪਹਿਲਾਂ ਝੋਟੀ ਆ ਵੀ ਇੱਦਾਂ ਨਹੀਂ ਦੱਸਦੇ। ਹਾਂਜੀ ਹਾਂਜੀ, ਠੀਕ ਹੈ। ਦੋਵਾਂ ਦਾ ਦੁੱਧ ਜਿਹੜਾ 9-9 ਲੀਟਰ ਆ ਮੌਕੇ ਦੇ। ਦੁੱਧ ਤੁਹਾਡੀ ਮਰਜ਼ੀ ਜੀ, ਬਾਕੀ ਇਹਦਾ ਵੀ ਚਵਾ ਜਿਹੜਾ ਚੰਗੀ ਤਰ੍ਹਾਂ ਦੇਖ ਸਕਦੇ ਜੀ, ਕੋਈ ਗਾੜੀ ਭਾੜਾ ਨਹੀਂ ਪਾਇਆ, ਕੋਈ ਕੁਝ ਨਹੀਂ, ਇਸ ਤਰ੍ਹਾਂ ਹੀ ਜਿਹੜਾ ਬੱਚਾ ਛੱਡੋ ਅਤੇ ਚੋ ਜਿਹੜਾ ਮਰਜ਼ੀ ਚੋਲੇ ਹੋ ਰਿਹਾ ਬਹਿ ਕੇ ਖਾ, ਜਿਹੜਾ ਮਰਜ਼ੀ ਇਹਨੇ ਵੀ ਵਿਧੀ ਮੈਂ, ਕੋਈ ਗੱਲ ਨਹੀਂ ਤੁਸੀਂ ਵਿਧੀ ਕਰ ਦਿਓ ਜਿਹੜਾ ਮਰਜ਼ੀ ਪੈ ਰਿਹਾ ਬਈ ਪਿਛਲੇ ਚੋਲੇ ਪਿੱਛੇ ਜਿਹੜਾ ਮਰਜ਼ੀ ਉਹ ਛੋੜ ਪਈ ਝੋਲੀ ਹਲੇ। ਠੀਕ ਹੈ ਜੀ, ਉਹ ਗਾੜੀਆਂ ਦੇਖ ਸਕਦੇ ਜੀ, ਜਿਹੜਾ ਮਰਜ਼ੀ ਉਹ ਛੋੜ ਦੇ ਪਿੱਛਲੇ ਚੋਲੇ ਨਾ। ਠੀਕ ਹੈ ਜੀ, ਥੋੜ੍ਹਾ ਜਿਹਾ ਮੱਝ ਇੱਧਰੋਂ ਧੱਕਾ ਮਾਰਦੀ ਹੈ ਇੱਧਰ, ਕਿਉਂਕਿ ਜਗ੍ਹਾ
ਥੱਲੇ ਪੁੱਟੀ ਆ ਕੀ ਕਰਦੀ ਪਾਣੀ ਠੰਡਾ ਮਾਰ ਚਵਾਈ ਜਿਹੜੀ ਟਾਈਮ ਤੋਂ ਥੋੜ੍ਹਾ ਕੁ ਪਹਿਲਾਂ ਹੀ ਜਿਹੜੀ ਚਵਾਈ ਦਈ ਆ ਹੁਣ ਇਹ ਤਾਂ ਉਤਨੇ ਵੀਰ ਜੀ ਨੇ ਕਹਿੰਦੇ ਕਿ ਚਵਾ ਜਿਹੜਾ ਵਿਖਾਈ ਹੈ ਅਤੇ ਫਿਰ ਵੀਰ ਜੀ ਉਹਨਾਂ ਨੇ ਸਾਰੀਆਂ ਚੋਲੀਆਂ ਠੀਕ ਹੈ ਜੀ ਕੋ ਬੱਚੇ ਜੋਗਾ ਛੱਡ ਦਿਓ ਫਿਰ ਕੋਈ ਨਹੀਂ ਠੀਕ ਹੈ ਜੀ ਚਲੋ ਠੀਕ ਹੈ ਵੀਰ ਜੀ ਫਿਰ ਮਾਸਾ ਇੰਨਾ ਕੁ ਰਹਿਣ ਦੋ ਬੱਚੇ ਜੋਗਾ ਵੀ ਸਾਰਾ ਹੀ ਚੋ ਲੈਣਾ ਜੇ ਵੀਰ ਜੀ ਚੋਣ ਦੀ ਨਹੀਂ ਗੱਲ ਦੁੱਧ ਸੇਵਾ ਦਾ ਇਹ ਖਾ ਲਿਆ ਵੀ ਕਿੰਨੇ ਦੀ ਦੇਣੀ ਬਿਲਕੁਲ ਜੱਸ ਨੂੰ 55,000 ਦੀ ਤੇ ਜਿਹੜੀ ਆ ਝੋਟੀ ਆ ਮੱਝ ਜਿਹੜੀ ਆ ਰਹਿ ਗਈ ਅੰਡ ਤੇ ਇਹ ਵੀ ਵੀਰ ਜੀ ਸੂਈ ਸਵਾਈ ਆ ਆ ਜੀ ਕੱਟੀ ਆ ਬੱਚੇ ਦਾ ਵੀ ਥੋੜਾ ਜਿਹਾ ਕਰਦੀ ਆ ਵੀਰ ਜੀ ਥੋੜਾ ਜਿਹਾ ਪੈਰ ਦੱਬਦੀ ਜੀ ਅਗਲਾ ਬਾਕੀ ਚਵਾ ਬਹੁਤ ਚੰਗਾ ਬਾਕੀ ਕਬੀਰ ਆਪਣੀ ਸਮਝ ਨਾ ਆਣ ਕੇ ਵੇਖ ਚੱਕ ਕੇ ਲੈ ਜੇ ਤੇ ਇਹਦਾ ਵੀਰ ਜੀ ਕੀ ਰੱਖਣਾ ਫਿਰ ਮੁੱਲ ਆਪਾਂ ਇਹਦਾ ਮੁੱਲ ਵੀਰ ਜੀ 55,000 ਜੀ ਜੱਸ ਨੂੰ ਵੀ ਕਰ ਦਈਏ ਇਹਦਾ ਵੀ 52,000 ਦੀ ਤੇ ਹੁਣ 8 ਕਿਲੋ ਘਰੋਂ ਚਵਾ ਕੇ ਦੋਗੇ ਆਹ ਤਾਜ਼ੀ ਸੂਈ ਕੱਟੀ ਹੈ ਤੇ ਹੁਣ ਇੱਕ ਗਾਂ ਰਹਿ ਗਈ ਇਹ ਵੀ ਤੋਰ ਦਈਏ ਆਪਾਂ ਇਹਦੇ ਕੋਲ ਕਿੰਨਾ ਜੀ ਦੁੱਧ ਬੱਚਾ ਨਹੀਂ ਹੈਗਾ ਇਹਦਾ ਕੋਈ ਇਹਨੂੰ ਪਹਾੜਾ ਨਹੀਂ ਪਾਉਣਾ ਕੋਈ ਇਹਨੂੰ ਮੰਗਾ ਨਹੀਂ ਪਾਉਣਾ ਅੱਛਾ ਛੱਡ ਦੇ ਕੋਪਰੇ ਅਗਲੇ ਥਾਣਾ ਦਾ ਚਵਾ ਜੇ ਠੀਕ ਹੈ
ਕੋਈ ਭਾੜਾ ਪਾਉਂਦੇ ਆ ਖੁੱਲੀ ਛੱਡੀ ਆ ਕੋਈ ਲੋ ਉਤਰੇ ਖੁੱਲੀ ਆ ਜਿਹੜੀ ਗਾੜੀਆਂ ਦਾ ਪਿਛਲੇ ਸਨਾਂ ਦਾ ਚਵਾ ਜੀ ਠੀਕ ਹੈ ਜੀ ਤੋਰੋ ਹਾਂ ਦੁੱਧ ਵੀ ਸਾਰੇ 8 ਕਿਲੋ ਆ ਜੀ ਕਿੰਨਾ ਇਹਦੇ ਕੋਲ ਪੱਕਾ ਦੁੱਧ 8 ਕਿਲੋ ਚੋ ਕੇ ਚਵਾ ਕੇ ਦੋਗੇ ਘਰੋਂ 8 ਕਿਲੋ ਹਾਂ ਜੀ 8 ਕਿਲੋ ਜਿਹੜਾ ਕਹਿੰਦੇ ਕਿ ਚਵਾ ਕੇ ਦੇਵਾਂਗੇ ਅੱਜ ਲੈ ਆਓ ਜੀ ਬਾਕੀ ਪਿਛਲੇ ਥਾਣੇ ਥੋੜ੍ਹੇ ਜਿਹੇ ਲਾਗੇ ਰੱਖਦੀ ਆ ਉਸ ਤਰ੍ਹਾਂ ਚੋਣ 'ਚ ਥਾਣਾ ਦਾ ਸਾਈਜ਼ ਜਿਹੜਾ ਠੀਕ ਹੈ ਉਸ ਤਰ੍ਹਾਂ ਗੈਪ 'ਤੇ ਆ ਅਤੇ ਇਹਦਾ ਵੀਰ ਜੀ ਕੀ ਰੱਖੀਏ ਫਿਰ ਮੁੱਲ ਆਪਾਂ ਵੀਰ ਜੀ ਪੰਜਾਂ ਦਿਨਾਂ ਤੋਂ ਵੀਡੀਓ ਪਾਈ ਵੇਚੀ 18,000 ਦੀ 18,000 ਮੁੱਲ ਪਾਇਆ ਅਤੇ ਵਪਾਰੀ ਵੀਰ ਨੇ ਲਈ ਬੱਚਾ ਮਰ ਗਿਆ ਆਉਂਦਾ ਮੈਂ ਤਾਂ ਚਲੋ ਵੇਚਣੀ ਔਖੀ ਹੋ ਜਾਂਦੀ ਆ ਠੀਕ ਹੈ ਇਹ 17,000 ਦੀ ਦੇਣਾ 17,000 ਦੀ ਹਾਂਜੀ ਚਲੋ ਮੌਕੇ 'ਤੇ ਹੋਰ ਕਰ ਦੋਗੇ ਕੋਈ ਨਹੀਂ ਕਰਦਾ ਕਿੰਨਾ ਕਰ ਚਲੋ ਬਾਕੀ ਚਵਾ ਕੇ ਦੇਵਾਂਗੇ ਕਿੰਨਾ ਕਰ ਦੋਗੇ 16,000 ਦੀ ਦੇਣਾ ਜੀ ਠੀਕ ਹੈ ਹਾਂਜੀ ਬਾਕੀ ਛੋਟ ਛਾਟ ਕਰ ਦਿਓ ਫਿਰ ਕੋਈ ਨਹੀਂ ਕਰਦਾ ਠੀਕ ਹੈ ਵੀਰ ਜੀ ਬਾਕੀ ਜਿਹੜਾ ਵਾ 5 ਮੱਝਾਂ ਦੇ 1 ਗਾਂ ਵਾ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਕਿ ਆਪਣੀ ਇੱਥੇ ਆ ਕੇ ਪਾਸ ਕਰਕੇ 2 ਟਾਈਮ ਚਵਾਈ ਕਰਕੇ ਆਪਣੀ ਸਮਝ ਅਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ